पास करने वाले उन्हां कानूनों वास्ते की प्रोग्राम लिखे जा रहे ने, उस कानूनों पास करवाने वास्ते किवें मोर्चे के जिहड़े आगू ने ਉਹ ਅੱਗੇ ਵੱਲ ਵੀ ਰਾਕਤ ਰਹੇ ਨੇ ਸਾਡੇ ਨਾਲ ਨੇ ਪ੍ਰਗਟ ਸਿੰਘ ਜਾਮਰ ਆਏ ਪੁੱਛਾਂਗੇ ਜੀ ਕੀ ਪ੍ਰੋਗਰਾਮ ਹੈ ਜੀ ਅੱਗੇ ਦਾ ਅੱਗੇ ਦਾ ਵੇਖੋ ਜਿਹੜਾ ਸਾਡੀ ਲੜਾਈ ਸੀ ਮੁੱਖ ਰੂਪ ਦੇ ਵਿੱਚ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ ਉੱਥੋਂ ਮੋਰਚਾ ਬਣਾ ਕੇ ਚੱਲੇ ਸੀ ਐਮ ਐਸ ਪੀ ਗਰੰਟੀ ਦਾ ਸਵਾਲ ਸੀ ਅੱਜ ਸਰਕਾਰ ਨੇ ਸਾਡੀ ਬਹੁਤ ਵੱਡੀ ਜਿੱਤ ਆ ਜਿਹੜੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਸੰਸਾਰ ਨੂੰ ਸਾਰੇ ਲੋਕਾਂ ਨੂੰ ਅਸੀਂ ਇਹ 'ਤੇ ਵਧਾਈ ਦੇਣੀ ਚਾਹੁੰਦੇ ਹਾਂ ਵੀ ਜਿਹੜੇ ਬਹੁਤ ਜਿਹੜੇ ਕਿਸਾਨ ਦੀ ਮੌਤ ਦੇ ਵਰੰਟ ਕਹਿ ਜਾਂਦੇ ਸੀ ਜਿਨ੍ਹਾਂ ਨੇ ਗਰੀਬ ਦੀ ਰੋਟੀ ਜਿਹੜੀ ਆ ਉਹ ਖੋਹ ਲੈਣੀ ਸੀ ਉਹ ਜਿਹੜਾ ਵਾ ਉਹ ਕਾਨੂੰਨਾਂ ਨੂੰ ਅੱਜ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਪੂਰੀ ਤਰ੍ਹਾਂ ਰੱਦ ਕਰਾ ਪ੍ਰਕਿਰਿਆ ਸ਼ੁਰੂ ਹੋ ਗਈ ਆ ਕੈਬਨਿਟ ਵੱਲੋਂ ਪਾਰਲੀਮੈਂਟ ਦੇ ਵਿੱਚ ਜਿਹੜਾ ਵਾ 29 ਤਰੀਕ ਨੂੰ ਜਿਹੜਾ ਵਾ ਇਹ ਰਿਪੀਲ ਹੋਣ ਜਾ ਰਿਹਾ ਤਿੰਨੇ ਕਾਲੇ ਕਾਨੂੰਨ ਅਤੇ ਬਾਕੀ ਜਿਹੜੀਆਂ ਮੰਗਾਂ ਸਾਡੇ ਮਸਲੇ ਆ ਵੀ ਐਮ ਐਸ ਪੀ ਦੇ ਉੱਤੇ ਕਮੇਟੀ ਸਾਡੀ ਬਹਿ ਕੇ ਗੱਲਬਾਤ ਹੁੰਦੀ ਰਹੀ ਆ ਉੱਥੇ ਕਮੇਟੀ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਐਮ ਐਸ ਪੀ ਦੀ ਅਸੀਂ ਗਰੰਟੀ ਚਾਹੁੰਦੇ ਹਾਂ ਇਹਦੇ ਨਾਲ ਜਿਹੜੇ ਕੇਸ ਆ ਸਾਰੇ ਕਿਸਾਨਾਂ ਦੇ ਉੱਤੇ ਹਜ਼ਾਰਾਂ ਕੇਸ ਆ ਜਿਹੜੇ ਉਹ ਕਿਸਾਨ ਦੀ ਵਾਪਸੀ ਆ ਸਾਡੇ ਸ਼ਹੀਦ ਪਰਿਵਾਰਾਂ ਲਈ ਸਹਾਇਤਾ ਦਾ ਸਵਾਲ ਆ ਅਤੇ ਉਹਨਾਂ ਲਈ ਅਸੀਂ ਯੋਗ ਜਗ੍ਹਾ ਮੰਗਦੇ ਹਾਂ ਵੀ ਉਹਦੇ ਲਈ ਜਗ੍ਹਾ ਦਿੱਤੀ ਜਾਵੇ ਤਾਂ ਕਿ ਅਸੀਂ ਉਹਨਾਂ ਦੀ ਯਾਦਗਾਰ ਇੱਥੇ ਉਸਾਰ ਸਕੀਏ ਇਸ ਕਰਕੇ ਉਹ ਮਸਲੇ ਆ ਜਿਹੜੇ ਜਦੋਂ ਤੱਕਰ ਪਾਰਲੀਮੈਂਟ ਦੇ ਵਿੱਚ ਪ੍ਰਕਿਰਿਆ ਮੁਕੰਮਲ ਨਹੀਂ ਹੁੰਦੀ ਉਦੋਂ ਤੱਕਰ ਅਸੀਂ ਇੱਥੇ ਡਟਾਂਗੇ ਔਰ ਇਹ ਜਿੱਤ ਆ ਬਹੁਤ ਵੱਡੀ ਜਿੱਤ ਆ ਅਤੇ ਜਿਹੜੀ ਬਾਕੀ ਮਸਲੇ ਉਹਨਾਂ ਦੇ ਉੱਤੇ ਸਰਕਾਰ ਨਾਲ ਬਹਿ ਕੇ ਗੱਲਬਾਤ ਹੋ ਕੇ ਉਹ ਜਿਹੜਾ ਹੱਲ ਕਰਕੇ ਜਿੱਤ ਦੇ ਨਾਲ ਅਸੀਂ ਵਾਪਸ ਜਾਵਾਂਗੇ ਇਹਦੇ ਲਈ ਹੁਣ ਅਸੀਂ ਡਟੇ ਹਾਂ ਜਦੋਂ ਤੱਕਰ ਸਰਕਾਰ ਬਾਕੀ ਕਦਮਾਂ ਵੱਲ ਨਹੀਂ ਵੱਧਦੀ ਅਤੇ ਤਿੰਨੇ ਕਾਲੇ ਕਾਨੂੰਨ ਜਿਹੜੇ ਰੱਦ ਹੋਏ ਆ ਬਹੁਤ ਵੱਡੀ ਜਿੱਤ ਆ ਇਹਦੀ ਇੱਕ ਵਾਰ ਫਿਰ ਵਧਾਈ ਦਿੰਦੇ ਹਾਂ ਅਸੀਂ ਅਤੇ ਅੱਜ ਵੀ ਜਿਹੜਾ ਸਾਲ ਪੂਰਾ ਹੋਇਆ ਅੱਜ ਦਾ ਸਾਡਾ ਪ੍ਰੋਗਰਾਮ ਆ 26 ਜਨਵਰੀ ਨੂੰ 26 ਨਵੰਬਰ ਨੂੰ ਪਿਛਲੇ ਸਾਲ ਅਸੀਂ ਅੱਜ ਦੇ ਦਿਨ ਇੱਥੇ ਆਏ ਸਾਂ ਅਤੇ ਰੋਕਾਂ ਨੂੰ ਤੋੜਦਿਆਂ ਹਰ ਤਰ੍ਹਾਂ ਦਾ ਜਬਰ ਸਾਲ ਦੇ ਵਿੱਚ ਹੰਡਾਇਆ ਹਰ ਤਰ੍ਹਾਂ ਦੇ ਮੌਸਮਾਂ ਦੀ ਮਾਰ ਝੱਲੀ ਆ 700 ਤੋਂ ਵੱਧ 700 ਦੇ ਲਾਗੇ ਸਾਡਾ ਕਿਸਾਨ ਸ਼ਹੀਦ ਹੋਇਆ ਜਿਸ 16 ਸਾਲ ਦੇ ਨੌਜਵਾਨ ਤੋਂ ਲੈ ਕੇ ਸਾਡੀਆਂ ਬਜ਼ੁਰਗ ਮਾਤਾਵਾਂ ਵੀ ਆ ਇਸ ਕਰਕੇ ਉਹ ਸਾਰੇ ਕੁਝ ਦੀ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਜਿਹੜਾ ਮੰਤਰੀ ਸ਼ਾਮਿਲ ਆ ਜਿਹਦੇ ਵੱਲੋਂ ਇਹ ਕੀਤਾ ਗਿਆ ਉਹਦੇ 'ਤੇ ਅਸੀਂ ਕਾਰਵਾਈ ਚਾਹੁੰਦੇ ਹਾਂ ਇਹ ਸਾਰੀਆਂ ਗੱਲਾਂ ਅਸੀਂ ਹੱਲ ਕਰਵਾ ਕੇ ਨਾਲ ਜਾਵਾਂਗੇ ਔਰ ਸਾਡਾ ਜਿਹੜਾ ਮੋਰਚਾ ਆ ਇਸ ਵੇਲੇ ਅਸੀਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਵਾ ਜਦੋਂ ਤੱਕਰ ਪਾਰਲੀਮੈਂਟ ਦੇ ਵਿੱਚ ਪ੍ਰਕਿਰਿਆ ਮੁਕੰਮਲ ਨਹੀਂ ਹੁੰਦੀ ਉਦੋਂ ਤੱਕਰ ਇੱਥੇ ਡਟਾਂਗੇ ਬਾਕੀ ਆਉਣ ਵਾਲੇ ਪ੍ਰੋਗਰਾਮ 27 ਤਰੀਕ ਨੂੰ ਕੱਲ੍ਹ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਨਵੇਂ ਪ੍ਰੋਗਰਾਮ ਜੋ ਸਰਕਾਰ ਕੀ ਕਰ ਰਹੀ ਆ ਸਾਡਾ ਅੰਦੋਲਨ ਕਿਹੜੇ ਪਾਸੇ ਨੂੰ ਜਾਊਗਾ ਉਹ ਅਸੀਂ ਜਿਹੜੇ ਮਸਲੇ ਹੱਲ ਕਰਵਾਉਣ ਲਈ ਆਪਣੀ ਲੜਾਈ ਨੂੰ ਜਾਰੀ ਰੱਖਾਂਗੇ ਧੰਨਵਾਦ ਜੀ ਸਾਡੇ ਨਾਲ ਨੇ ਸੰਯੁਕਤ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਜੀ ਜਨਾਲਾ ਉਹਨਾਂ ਨੂੰ ਪੁੱਛਾਂਗੇ ਜੀ ਕੀ ਕਹਿਣਾ ਇਸ ਦੇ ਇਹ ਜਿਹੜਾ ਮੋਰਚਾ ਵਾ ਇਹ ਜੋ ਪੰਜਾਬ ਤੋਂ ਚੱਲਿਆ ਹਰਿਆਣਾ ਸਾਰਾ ਭਾਰਤ ਵਿੱਚ ਐਡਾ ਵੱਡਾ ਜਵਾਨ ਹੋ ਗਿਆ ਲੋਕਾਂ ਦਾ ਐਡਾ ਮਿਲਵਰਤਨ ਹੋ ਗਿਆ ਖਪਤਕਾਰ ਵਿੱਚ ਆ ਗਏ ਵਪਾਰੀ ਵਿੱਚ ਆ ਗਏ ਭੈਣਾਂ ਬੀਬੀਆਂ ਮਜ਼ਦੂਰ ਵਿੱਚ ਆ ਗਏ ਉਹ ਫਿਰ ਇੰਨਾ ਦਬਾਅ ਸਰਕਾਰ 'ਤੇ ਪਿਆ ਉਹ ਦਬਾਅ ਦੇ ਥੱਲੇ ਇਸ ਮੋਰਚੇ ਦੀ ਬਹੁਤ ਵੱਡੀ ਜਿੱਤ ਹੋਈ ਆ ਜਿਹੜੇ ਕਹਿੰਦੇ ਹਨ ਹੋਣੀ ਆ ਉਹ ਅੱਜ ਹੋਣੀ ਬਣਾ ਕੇ ਲੋਕਾਂ ਨੇ ਰੱਖ ਦਿੱਤੀ ਆ ਇਸ ਮੋਰਚੇ ਦੀ ਇੰਨੀ ਵੱਡੀ ਜਿੱਤ ਆ ਸੋ ਇਸ ਕਰਕੇ ਇਹ ਅੱਜ ਜਿਹੜਾ ਮੋਰਚਾ 1 ਸਾਲ ਹੋ ਗਿਆ ਇਹ ਇੱਕ ਜਿੱਤ ਦਾ ਪ੍ਰਤੀਕ ਆ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਪ੍ਰਗਟ ਸਿੰਘ ਜਾਮਾ ਰਾਏ ਨੇ ਕਿਹਾ ਵਾ ਉਹ ਫਾਰਮੈਲਿਟੀਆਂ ਰਹਿ ਗਈਆਂ ਇਹ ਮੋਰਚਾ ਪੂਰਨ ਤੌਰ 'ਤੇ ਜਿੱਤਿਆ ਗਿਆ ਇਹ ਮੋਰਚੇ ਦੇ ਵਿੱਚ ਜਿਹੜੇ ਵਿਚਾਰ ਪੈਦਾ ਹੋਏ ਆ ਜਿਹੜੀ ਸਿੱਖਿਆ ਮਿਲੀ ਆ ਜਿਹੜੇ ਅਸੀਂ ਹਥਿਆਰ ਬਣਾਏ ਹਾਂ ਉਹ ਗਾਂਹ ਤਿੱਖੇ ਕਰਨੇ ਉਹ ਹਥਿਆਰ ਕਾਹਦੇ ਲਈ ਵਰਤਣੇ ਆ ਸਮਾਜਿਕ ਪਰਿਵਰਤਨ ਲਈ ਵਰਤਣੇ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਮੰਗਾਂ ਨੇ ਅਜੇ ਕਰਜ਼ਾ ਮਾਫ਼ੀ ਜ਼ਮੀਨਾਂ ਦਾ ਮਸਲਾ ਪੈਜੈਂਟ ਕਾਨੂੰਨ ਆ ਬਹੁਤ ਪਰਾਗਾ ਵੱਡਾ ਵਾ ਉਹਦੇ ਲਈ ਜਿਹੜੀ ਅਸੀਂ ਤਿਆਰੀ ਕਰਕੇ ਗਈ ਆ ਜਿੱਦਾਂ ਆਜ਼ਾਦੀ ਤੋਂ ਪਹਿਲਾਂ ਲੋਕ ਇਕੱਠੇ ਹੋਏ ਸੀ ਆਜ਼ਾਦੀ ਤੋਂ ਬਾਅਦ ਜੇ ਰਹਿੰਦੇ ਅਤੇ ਸਾਨੂੰ ਆਹ ਦੁੱਖ ਨਾ ਝੱਲਣੇ ਪੈਂਦੇ ਅੱਜ ਜਿਹੜੀ ਏਕਤਾ ਕਿਸਾਨਾਂ ਲੋਕਾਂ ਦੀ ਬਣੀ ਆ ਉਸ ਏਕਤਾ ਨੂੰ ਅੱਗੇ ਲੈ ਕੇ ਜਾਣਾ ਘਰ ਘਰ ਲੈ ਕੇ ਜਾਣਾ ਅਤੇ ਆਉਣ ਵਾਲੀ ਲੜਾਈ ਜਿਹੜੀ ਆ ਉਹ ਲਗਾਤਾਰ ਲੜਾਈ ਦੇ ਮੈਦਾਨ 'ਚ ਰਹਿਣਾ ਵਾ ਲੋਕਾਂ ਨੂੰ ਸਮਾਜਿਕ ਇਨਸਾਫ ਜਿੰਨਾ ਚਿਰ ਰਾਜਨੀਤਿਕ ਪਰਿਵਰਤਨ ਨਹੀਂ ਆਉਂਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਵਿੱਚ ਉਹਨਾਂ ਸਾਡੀਆਂ ਫਰਸ਼ੀ ਮੰਗਾਂ ਜਿਹੜੀਆਂ ਉਹ ਨਹੀਂ ਪੂਰੀਆਂ ਹੋ ਸਕਦੀਆਂ
सो इस डंके दे नाल असी इत्थे कल फैसला करांगे भी किदन इहदी समाप्ति करनी आ। उदन फिर लगातार डारां ला के अगे आगू लगणगे, घरां नूं जाणा, जित दी खुशी मनाउणा वा। ये बहुत वड्डी ग्रेट ग्रेट हिस्टोरिक विक्टरी हुई आ, इदों वड्डी विक्टरी पिछलियां 100 सालां च नहीं हुई। सो इहनूं सांभ के रखणा ते जाणा वा, इहो ही साडा अज दा संदेश आ लोकां नूं। लोको इस मोर्चे तों सबक लो, जिहड़ियां लोकी कहिंदे सी ये जी वख वख धर्मां दे वख वख फिरकियां दे वख वख लोक आ, ये कट्ठे नहीं हो सकते, होए कि नहीं कट्ठे, लड़े कि नहीं लड़के, आंदे एडा वड्डा हिंदुस्तान कितना लोग कट्ठे हो जाएंगे। इस तरह आने वाले समय दे विच जिहड़ी आर्थिक गुलामी का जूड़ा साडे सिर किसानां दे सिर आ, वह भी अहीं लाउणा वा। इन्हां शब्दां मैं सारे तुहाडा धन्नवाद करदा, इस जित विच शामिल होना, हुण आपां प्रदर्शन करना। ਸਾਰੇ ਭਾਰਤ ਭਰ ਦੇ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ ਆ। ਉੱਥੇ ਹੀ ਇਸ ਮੋਰਚੇ ਨੇ ਵਿਦੇਸ਼ਾਂ ਤੱਕ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੱਕ ਕਿਸਾਨਾਂ ਨੂੰ ਆਪਣੇ ਲੜਨ ਲਈ ਹੱਕ, ਆਪਣਾ ਹੱਕ ਲੜਨ ਲਈ ਜਾਗਰੂਕ ਕੀਤਾ। ਖਾਸ ਤੌਰ 'ਤੇ ਜਿਹੜੇ ਇੱਥੋਂ ਅੰਤਰਰਾਸ਼ਟਰੀ ਵਿਦਿਆਰਥੀ ਤੁਹਾਡੇ ਬੱਚੇ ਗਏ ਨੇ, ਉਹਨਾਂ ਨੂੰ ਲੜਨ ਲਈ ਇੱਕ ਵੱਖਰੀ ਪ੍ਰੇਰਣਾ ਦਿੱਤੀ ਆ। ਇਸ ਮੋਰਚੇ ਦੀ ਦੇਣ ਆ ਕਿ ਜਿਹੜੇ ਛੋਟੇ ਛੋਟੀਆਂ ਪੌਕਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਜਿਹੜੇ ਕਿਸਾਨ ਲੜ ਰਹੇ ਸੀ, ਉਹਨਾਂ ਨੂੰ ਇੱਕ ਨਵੀਂ ਸ਼ਕਤੀ ਮਿਲੀ ਆ ਤੁਹਾਡੇ ਇਸ ਮੋਰਚੇ ਵੱਲ ਵੇਖ ਕੇ। ਜਿਹੜੇ ਖਾਸ ਤੌਰ 'ਤੇ ਇੱਥੇ ਵਿਚਾਰੇ ਵਰਕ ਪਰਮਿਟ ਵਾਲੇ ਜਾਂਦੇ ਸੀ, ਜਿਹੜੇ ਸ਼ਿਕਾਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਸੀ, ਆਰਥਿਕ ਸ਼ੋਸ਼ਣ ਦਾ, ਉਹਨਾਂ ਨੂੰ ਇੱਕ ਨਵੀਂ ਚੇਤਨਾ ਮਿਲੀ ਹੈ ਅਤੇ ਲੜ ਰਹੇ ਆ। ਉਹ ਹੁਣ ਤੁਹਾਡੇ ਮੋਰਚੇ ਵੱਲ ਵੇਖ ਕੇ ਬਕਾਇਦਾ ਲੜਾਈ ਸ਼ੁਰੂ ਕੀਤੀ ਆ। ਇਸ ਮੋਰਚੇ ਦੀ ਜਿੱਤ 'ਤੇ ਮੈਂ ਜਿੱਥੇ ਵਧਾਈ ਦਿੰਦਾ, ਉੱਥੇ ਹੀ ਇਸ ਮੋਰਚੇ ਦੀ ਸ਼ਾਬਾਸ਼ੀ ਆ ਜਿਹਨੇ ਸਾਨੂੰ ਵਿਦੇਸ਼ੀਆਂ ਨੂੰ ਲੜਨ ਲਈ ਪ੍ਰੇਰਿਆ। ਧੰਨਵਾਦ ਜੀ। ਇਹਨਾਂ ਨੇ ਬੀਬੀ ਕੁਲਵਿੰਦਰ ਕੌਰ ਕੋਟ ਖਹਿਰਾ, ਇਹ ਬਹੁਤ ਪਿੱਛੋਂ ਪੇਕਿਆਂ ਦੇ ਵੀ ਬੜੇ ਗਦਰੀ ਯੋਧੇ ਇਹਨਾਂ ਨੇ ਆ। ਸਾਡੀ ਜਮਹੂਰੀ ਕਿਸਾਨ ਸਭਾ ਨੂੰ ਇਹ ਜਿਹੜੀ ਸਹਾਇਤਾ ਦਿੱਤੀ ਆ 10,000 ਰੁਪਏ ਦੀ, ਇਹਦਾ ਧੰਨਵਾਦ ਕਰਦੇ। ਇਹਦਾ ਇੱਕ ਇੱਕ ਪੈਸਾ ਮੋਰਚੇ ਦੀਆਂ ਜਿਹੜੀਆਂ ਆਉਣ ਵਾਲੀਆਂ ਪ੍ਰਾਪਤੀਆਂ, ਉਹਨਾਂ ਦੇ ਆਉਣ ਵਾਲੇ ਸੀ।